दोस्तों अज तुहानू लाल कापी बारे जानकारी देवांगे। असीं कहिंदे क्यों ना जो लाभपात्री ने उन्हां नू इस स्कीम का लाभ मिले। अज पिछे करोना दे विच सरकार वल्लों बहुत सारे लाल कैबी दे विच पैसे पाए गए। हुण भी नवीं सरकार बनी हुई आ, नवीं नवीं उहदे विच स्कीमां आ रहियां ने, उस स्कीमां दे लोकां नू लाभ किवें मिल रहे ने उहदी असीं पूरी जानकारी इस वीर तों लवांगे। सर मेरे दोस्तां नू नमस्कार। दोस्तों अज तुहानू असीं लाल कापी बारे जानकारी देवांगे भी लाल कापी के की फायदे ने, की उन्हों लाभ मिलता, कि स्कीम ने, गवर्नमेंट वालों किमें पैसा आ रहा। अज मेरा दोस्त आ, उन्होंने पूरी जानकारी आ भी लाल कापी बनती किमें आ, कि लोग लाल कापी बना सकते हैं। वीर नाल गलबात करिए। भाई सत श्रीकाल जी। हाँ जी, सत श्रीकाल सारे दर्शकों। हाँ जी, जिस तरह मेरे वड्डे वीर ने कहा कि जो अज यह लाल कापिया के रिलेटड जानकारी लैन आए हैं, पहला मैं सारे दर्शकों को यह दस दें कि लाल कापी को जेडे आम अपने पेंडू इलाका है यह वख-वख नावों नाल जानते हैं। कोई इसनों पीली कापी, लाल कापी, चिट्टी कापी, इस तरह के वख-वख नावों नाल जाना जाता है। पर जिहड़ा असली इसका नाम है वह लेबर कार्ड है। यह जिहड़ी पंजाब सरकार की स्कीम है, यह पंजाब लेबर डिपार्टमेंट वालों जारी की जाती है। तो इस नाल जिहड़े भी फायदे ने वो तुहानू अगे दसे जाणगे, इस तों आपां की फायदे लै सकते। ਬਾਈ ਜੀ, ਸਾਨੂੰ ਲਾਲ ਕਾਪੀਆਂ ਦੇ ਕੀ ਲਾਭ ਨੇ, ਕਿਵੇਂ ਇਹ ਲਾਭ ਸਾਨੂੰ ਮਿਲਦੇ ਨੇ? ਹਾਂਜੀ, ਜੇਕਰ ਆਪਾਂ ਲਾਲ ਕਾਪੀ ਦੇ ਲਾਭ ਜਾਂ ਇਸ 'ਤੇ ਆਪਾਂ ਨੂੰ ਬੈਨੀਫਿਟ ਕੀ ਨੇ ਉਹਨਾਂ ਦੀ ਗੱਲ ਕਰੀਏ ਤਾਂ ਵੀਰੇ, ਸਭ ਤੋਂ ਜਿਹੜਾ ਇਸਦਾ ਪਹਿਲਾ ਬੈਨੀਫਿਟ ਇਹ ਆ ਕਿ ਜਿਹੜੇ ਵੀ ਸਿਟੀਜਨ ਦੀ ਲਾਲ ਕਾਪੀ ਬਣਦੀ ਹੈ ਤਾਂ ਜੇਕਰ ਉਸਦੇ ਬੱਚੇ ਸਕੂਲ 'ਚ ਪੜ੍ਹਦੇ ਨੇ, ਚਾਹੇ ਸਕੂਲ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ, ਉਹ ਉਹਨਾਂ ਬੱਚਿਆਂ ਦਾ ਵਜ਼ੀਫਾ ਅਪਲਾਈ ਕਰ ਸਕਦਾ ਹੈ। ਅਤੇ ਜਿਹੜਾ ਵਜ਼ੀਫਾ ਮਿਲਦਾ ਉਹ ਉਹਨਾਂ ਦੀ ਕਲਾਸ ਦੇ ਹਿਸਾਬ ਨਾਲ ਮਿਲਦਾ ਹੈ ਕਿ ਬੱਚਾ ਪਹਿਲੀ ਕਲਾਸ 'ਚ ਪੜ੍ਹਦਾ ਹੈ ਜਾਂ ਦਸਵੀਂ ਕਲਾਸ ਜਾਂ ਉਸ ਤੋਂ ਚੇਰੀ ਸਿੱਖਿਆ ਪ੍ਰਾਪਤ ਕਰ ਰਿਹਾ। ਇਹ ਜਿਹੜਾ ਵਜ਼ੀਫਾ, ਇਸ ਦੀ ਰਕਮ 2000 ਤੋਂ ਲੈ ਕੇ 25,000 ਰੁਪਏ ਤੱਕ ਹੋ ਸਕਦੀ ਹੈ। ਉਸ ਤੋਂ ਬਾਅਦ ਦੂਸਰੀ ਜਿਹੜੀ ਇਸਦੀ ਮਹੱਤਵਪੂਰਨ ਸਕੀਮ ਹੈ ਉਹ ਇਹ ਆ ਕਿ ਜਿਹੜੀ ਪੰਜਾਬ ਸਰਕਾਰ ਨੇ ਜਿਹੜੇ ਕਰੋਨਾ ਟਾਈਮ, ਜਿਹੜਾ ਪਿੱਛੇ ਆਪਣਾ ਕਰੋਨਾ ਟਾਈਮ ਲੰਘਿਆ ਸੀ, 2 ਟਾਈਮ ਲੋਕਡਾਊਨ ਲੱਗਿਆ ਸੀ, ਠੀਕ ਹੈ ਜੀ, ਤਾਂ ਉਸ ਟਾਈਮ ਪੰਜਾਬ ਸਰਕਾਰ ਨੇ ਇਸ ਵਿੱਚ 3,000 ਦੀਆਂ 2 ਕਿਸ਼ਤਾਂ ਪਾਈਆਂ ਸੀ ਅਤੇ ਉਸ ਤੋਂ ਬਾਅਦ 1,500 ਦੀਆਂ 2 ਕਿਸ਼ਤਾਂ ਪਾਈਆਂ ਸੀ। ਇਸ ਤੋਂ ਇਲਾਵਾ ਜਿਹੜੀ ਤੀਸਰੀ ਸਕੀਮ ਇਹ ਹੋਇਆ ਕਿ ਇੱਕ ਯਾਤਰਾ ਸਕੀਮ, ਜਿਸ ਨੂੰ ਆਪਾਂ LTC ਸਕੀਮ ਕਹਿੰਦੇ ਹਾਂ, ਕਿ ਜੇਕਰ ਜਿਸ ਦੀ ਲਾਲ ਕਾਪੀ ਬਣੀਏ ਤਾਂ ਉਹ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਕਰਦਾ ਤਾਂ ਉਸ ਨੂੰ ਜਿਹੜਾ 2000 ਰੁਪਏ ਦੀ ਵਿੱਤੀ ਸਹਾਇਤਾ ਉਹ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਵੀਰੇ ਇਸ 'ਤੇ 14-15 ਹੋਰ ਸਕੀਮਾਂ ਨੇ, ਜਿਸ ਤਰ੍ਹਾਂ ਜੇਕਰ ਕਿਸੇ ਪਰਿਵਾਰਕ ਮੈਂਬਰ ਨਾਲ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸਦਾ ਵੀ ਜਿਹੜਾ ਕਲੇਮ ਹੈ ਉਸਨੂੰ ਦਿੱਤਾ ਜਾਂਦਾ ਹੈ। ਅਤੇ ਜੇਕਰ ਜਿਸ ਦੀ ਲਾਲ ਕਾਪੀ ਬਣੀ ਹੈ ਉਸਦੀ ਡੈਥ ਹੋ ਜਾਂਦੀ ਹੈ ਤਾਂ ਉਸਦਾ ਵੀ ਜਿਹੜਾ ਬੀਮਾ ਹੈ ਉਸਦੇ ਵਾਰਸਾਂ ਨੂੰ ਦਿੱਤਾ ਜਾਂਦਾ। ਵੀਰ ਜੀ, ਲਾਲ ਕਾਪੀ ਬਣਾਉਣ ਲਈ ਆਪਣੇ ਵੱਲੋਂ ਪਰੂਫ ਕਿਹੜੇ ਕਿਹੜੇ ਲਗਾਏ ਜਾਂਦੇ ਨੇ, ਕਿੰਨੀਆਂ ਫੋਟੋਆਂ ਲਗਾਈਆਂ ਜਾਂਦੀਆਂ ਨੇ, ਅਤੇ ਮੈਂਬਰ ਦੀ ਜੋ ਪੰਚਾਇਤ ਮੈਂਬਰ ਹੁੰਦੇ ਉਹਨਾਂ ਦੀ ਅਟੈਸਟਡ ਹੁੰਦੇ ਨੇ ਜਾਂ ਸਰਪੰਚ ਸਾਹਿਬ ਤੋਂ ਜਾਂ ਕਿਸੇ ਹੋਰ ਰਜਿਸਟਰਡ ਆਫਿਸਰ ਤੋਂ? ਹਾਂਜੀ, ਲਾਲ ਕਾਪੀ ਜਿਹੜੀ ਬਣਾਉਣ ਦੀ ਪ੍ਰਕਿਰਿਆ ਉਹ ਸਭ ਤੋਂ ਪਹਿਲਾਂ ਇਸਦਾ ਇੱਕ ਫਾਰਮ ਜਿਹੜਾ ਸੇਵਾ ਕੇਂਦਰ ਵਿੱਚ ਉਪਲਬਧ ਹੈ, ਤੁਸੀਂ ਸੇਵਾ ਕੇਂਦਰ ਤੋਂ ਫਾਰਮ ਲੈ ਸਕਦੇ ਹੋ। ਫਾਰਮ ਲੈਣ ਤੋਂ ਬਾਅਦ ਤੁਸੀਂ ਇਸ 'ਤੇ 3 ਫੋਟੋਆਂ ਦੀ ਜ਼ਰੂਰਤ ਪੈਂਦੀ ਹੈ, ਜਿਸ ਦੇ ਨਾਮ 'ਤੇ ਤੁਸੀਂ ਕਾਪੀ ਬਣਾਉਣੀ ਹੈ, ਇੱਕ ਉਸਦੀ ਫੋਟੋ ਲੱਗੂਗੀ, ਦੂਸਰੀ ਫੋਟੋ ਨੋਮਨੀ ਮੰਨ ਲਓ ਜਿਹੜਾ ਉਸਦਾ ਵਾਰਸ ਹੈ, ਉਸਦੇ ਘਰ ਵਾਲੇ ਵੀ ਹੋ ਸਕਦੇ ਨੇ, ਉਸਦੀ ਮਿਸਿਜ ਵੀ ਹੋ ਸਕਦੀ, ਬੱਚੇ ਵੀ ਹੋ ਸਕਦੇ ਨੇ। ਉਸ ਤੋਂ ਬਾਅਦ ਜਿਹੜੀ ਤੀਸਰੀ ਫੋਟੋ ਆਪਾਂ ਨੂੰ ਚਾਹੀਦੀ ਹੈ ਉਹ ਗਰੁੱਪ ਫੋਟੋ, ਫੈਮਿਲੀ ਫੋਟੋ ਚਾਹੀਦੀ, ਜਿਸ ਵਿੱਚ ਉਸਦਾ ਸਾਰਾ ਪਰਿਵਾਰ ਹੋਊਗਾ। ਇਹ 3 ਫੋਟੋਆਂ ਜੇਕਰ ਵਸਨੀਕ ਪਿੰਡ ਦਾ ਤਾਂ ਪਿੰਡ ਦੇ ਸਰਪੰਚ ਤੋਂ ਟੈਸਟਡ ਹੋਣਗੀਆਂ, ਜੇਕਰ ਉਹ ਸਿਟੀਜਨ ਸ਼ਹਿਰ ਦਾ ਤਾਂ ਉਹ MC ਤੋਂ ਟੈਸਟਡ ਕਰਵਾ ਸਕਦਾ। ਉਸ ਤੋਂ ਬਾਅਦ ਟੈਸਟਡ ਕਰਵਾਉਣ ਤੋਂ ਬਾਅਦ ਜਿਹੜੇ ਨਾਲ ਦਸਤਾਵੇਜ਼ ਜ਼ਰੂਰੀ ਨੇ ਉਹਨਾਂ ਵਿੱਚ ਉਸਦੀ ਬੈਂਕ ਦੀ ਕਾਪੀ ਅਸਲੀ, ਉਸ ਤੋਂ ਬਾਅਦ ਸਾਰੇ ਪਰਿਵਾਰ ਦੇ ਆਧਾਰ ਕਾਰਡ, ਇਹ ਸਾਰੇ ਪਰੂਫ, ID ਪਰੂਫ ਅਸਲੀ ਲੈ ਕੇ ਉਸ ਤੋਂ ਬਾਅਦ ਜਿਹੜਾ ਇਹ ਲਾਲ ਕਾਪੀ ਹੈ ਉਹ ਸੇਵਾ ਕੇਂਦਰ ਵਿੱਚ ਜਮ੍ਹਾਂ ਕਰਵਾਈ ਜਾ ਸਕਦੀ। ਹਾਂਜੀ ਹਾਂ ਬਿਲਕੁਲ ਜੀ, ਇਸਦੀ ਉਮਰ ਦੀ ਇੱਕ ਸੀਮਾ ਹੈ, ਜਿਹੜੀ ਇਸਦੀ ਉਮਰ ਹੈ ਉਹ 18 ਤੋਂ ਲੈ ਕੇ 60 ਸਾਲ ਦਾ ਕੋਈ ਵੀ ਵਿਅਕਤੀ, ਚਾਹੇ ਉਹ ਇਸਤਰੀ ਹੈ ਚਾਹੇ ਉਹ ਮਰਦ ਹੈ, ਉਹ ਬਣਵਾ ਸਕਦਾ। ਵੀਰ ਜੀ, ਇਹਦੀ ਫੀਸ ਕਿੰਨੀ ਕੁ ਲੱਗਦੀ ਆ? ਹਾਂਜੀ, ਜਿਹੜੀ ਇਸਦੀ ਸਰਕਾਰੀ ਫੀਸ ਹੈ, ਜੇਕਰ ਆਪਾਂ ਜਿਹੜੀ ਲੇਬਰ ਕਾਰਡ ਇਹ 3 ਸਾਲਾਂ ਲਈ ਬਣਵਾਉਣਾ ਹੈ ਤਾਂ ਇਸਦੀ 395 ਰੁਪਏ ਆ, ਜੇਕਰ ਆਪਾਂ ਇਹ 2 ਸਾਲ ਲਈ ਬਣਵਾਉਣਾ ਹੈ ਤਾਂ 265 ਰੁਪਏ, ਜੇਕਰ ਆਪਾਂ 1 ਸਾਲ ਲਈ ਬਣਵਾਉਣਾ ਹੈ ਤਾਂ 165 ਰੁਪਏ ਆ। ਜਿਹੜੀ ਫੀਸ ਹੈ ਇਹ ਇਸ ਹਿਸਾਬ ਨਾਲ ਲਈ ਜਾਂਦੀ ਕਿ ਜੇਕਰ ਆਪਾਂ 3 ਸਾਲ ਲਈ ਕਾਪੀ ਬਣਵਾਉਣੀ ਹੈ ਤਾਂ ਉਹ 395 ਰੁਪਏ ਆ। 3 ਸਾਲਾਂ ਦਾ ਮਤਲਬ ਇਹ ਹੈ ਕਿ ਇੱਕ ਵਾਰੀ ਆਪਾਂ ਕਾਪੀ ਬਣਵਾ ਲਈ ਤਾਂ ਉਹ ਆਪਣੀ 3 ਸਾਲ ਲਈ ਵੈਲਡ ਰਹੂਗੀ, ਉਸ ਤੋਂ 3 ਸਾਲ ਤੋਂ ਬਾਅਦ ਆਪਾਂ ਨੂੰ ਇਹ ਕਾਪੀ ਨਿਊ ਕਰਵਾਉਣੀ ਪਊਗੀ। ਹਾਂਜੀ,
बाकी जिहड़ियां जेकर आपां वजीफे जिस तरह आपां जिहड़े उपर तुहानूं सर्विसिज दे दस्सिया सी, जेकर आपां किसे बच्चे दा वजीफा अपलाई करना है जां होर सहूलत है LTC वगैरह लैणी तां उसदी सिर्फ 10 रुपए फीस, सरकारी फीस 10 रुपए आ, ते नवीं कापी बनवाउण दी 3 सालां दी 395 रुपए सरकारी फीस। वजीफा लैण लई कोई आपां नूं अलग तों फार्म भरना पैंदा? हांजी हांजी हां, उस बारे मैं तुहानूं इह दस्सना चाहुंदा कि जेकर अपनी कापी बनी होई है तां अपने जिहड़े बच्चे ने उह स्कूल च पढ़ रहे ने ਤਾਂ ਆਪਣੇ ਨੂੰ ਇੱਕ ਪ੍ਰਫਾਰਮਾ ਮਿਲਦਾ ਸੇਵਾ ਕੇਂਦਰ ਤੋਂ, ਉਸ ਤੋਂ ਬਾਅਦ ਉਹ ਸਕੂਲ ਵਿੱਚ ਇਹ ਪ੍ਰਫਾਰਮਾ ਆਪਾਂ ਜਿਹੜੇ ਸਕੂਲ ਦੇ ਮੁੱਖ ਅਧਿਆਪਕ ਨੇ ਉਹਨਾਂ ਤੋਂ ਟੈਸਟਡ ਕਰਵਾਉਣਾ, ਉਸ ਉੱਪਰ ਸਾਰੇ ਕਲਾਸ ਦਾ ਵੇਰਵਾ, ਬੱਚੇ ਦਾ ਵੇਰਵਾ, ਬੱਚੇ ਦੀ ਦਾਖਲਾ ਮਿਤੀ ਸਾਰੀ ਡਿਟੇਲ ਭਰਨ ਤੋਂ ਬਾਅਦ ਉਹ ਆਪਣਾ ਜਿਹੜਾ ਸੇਵਾ ਕੇਂਦਰ ਇਸ ਤਰ੍ਹਾਂ ਆਪਾਂ ਉਸ ਜਮ੍ਹਾਂ ਕਰਵਾ ਸਕਦੇ। ਵਜ਼ੀਫੇ ਤੋਂ ਇਲਾਵਾ ਹੋਰ ਇਸ ਕਾਪੀ ਦੇ ਉੱਪਰ ਕਿਹੜੀਆਂ ਕਿਹੜੀਆਂ ਸਕੀਮਾਂ ਮਿਲਦੀਆਂ ਨੇ? ਹਾਂਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਕਿ ਵਜ਼ੀਫੇ ਤੋਂ ਇਲਾਵਾ ਤੁਸੀਂ ਪੁੱਛ ਰਹੇ ਹੋ, ਤਾਂ ਉਸ ਵਿੱਚ ਸਭ ਤੋਂ ਜਿਹੜਾ ਮੇਨ ਹੈ ਕਿ ਜੇਕਰ ਆਪਣੇ ਕਿਸੇ ਜਿਹੜਾ ਲਾਲ ਕਾਪੀ ਬਣੀ ਹੋਈ ਤਾਂ ਉਹਦੇ ਪਰਿਵਾਰ ਵਿੱਚ ਜੇਕਰ ਕੋਈ ਬਿਮਾਰ ਹੋ ਜਾਂਦਾ, ਮੰਨ ਲਓ ਕੋਈ ਸਰਜਰੀ ਹੁੰਦੀ ਹੈ, ਤਾਂ ਜਿਹੜੇ ਉਸ ਤੋਂ ਉੱਪਰ ਜਿੰਨਾ ਵੀ ਖਰਚਾ ਲੱਗਦਾ ਉਹ ਸਾਰਾ ਖਰਚਾ ਲਾਲ ਕਾਪੀ ਵਿੱਚ ਕਵਰ ਹੋ ਸਕਦਾ। ਉਸ 'ਤੇ ਸ਼ਰਤ ਇਹ ਹੈ ਕਿ ਇਹ ਜਿਹੜੇ ਸਾਰੇ ਦਸਤਾਵੇਜ਼ ਨੇ, ਜਿਹੜਾ ਵੀ ਆਪਣਾ ਖਰਚਾ ਹੋਇਆ ਉਹ ਸਾਰੇ ਬਿੱਲ ਸਿਵਲ ਸਰਜਨ ਤੋਂ ਪਾਸ ਕਰਵਾ ਕੇ ਜਿਹੜਾ ਵੀ ਖਰਚਾ ਹੈ ਉਹ ਪ੍ਰਾਰਥੀ ਨੂੰ ਮਿਲ ਜਾਂਦਾ। ਉਸ ਤੋਂ ਬਾਅਦ ਜਿਹੜੇ ਕਿ ਹੋਰ ਆਪਾਂ ਸਕੀਮ ਦੀ ਗੱਲ ਕਰੀਏ ਤਾਂ ਸਾਈਕਲ ਸਕੀਮ ਹੈ, ਇਸ ਵਿੱਚ ਆਪਾਂ ਨੂੰ ਸਰਕਾਰ ਵੱਲੋਂ ਸਾਈਕਲ ਵੀ ਦਿੱਤੇ ਜਾਂਦੇ ਨੇ, ਛੋਟੀ ਮੋਟੀ ਜੇਕਰ ਸਰਜਰੀ ਕਰਵਾਉਣੀ ਹੈ ਤਾਂ ਉਹ ਵੀ ਆਪਾਂ ਨੂੰ ਖਰਚਾ ਦਿੱਤਾ ਜਾਂਦਾ। ਅਤੇ ਜਿਹੜਾ ਸਭ ਤੋਂ ਇਸਦਾ ਮੇਨ ਫਾਇਦਾ ਇਹ ਹੈ ਕਿ ਜੇਕਰ ਜਿਸ ਦੀ ਲਾਲ ਕਾਪੀ ਬਣੀ ਹੋਈ ਹੈ ਤਾਂ ਜੇਕਰ ਉਸਦੇ ਪਰਿਵਾਰ ਵਿੱਚ ਕਿਸੇ ਲੜਕੀ ਦੀ ਸ਼ਾਦੀ ਹੈ ਤਾਂ ਉਸਦੇ ਵੀ ਪੰਜਾਬ ਸਰਕਾਰ ਵੱਲੋਂ ਲਗਭਗ 51,000 ਰੁਪਏ ਦਾ ਸ਼ਗਨਾ ਦਿੱਤਾ ਜਾਂਦਾ। ਚਾਹੇ ਕੋਈ SC, BC, ਜਰਨਲ ਵਰਗ ਨਾਲ ਸੰਬੰਧਿਤ ਕੋਈ ਵੀ ਨਾਗਰਿਕ ਇਹ ਸਾਰੇ ਹੀ ਇਹ ਬਣਾ ਸਕਦੇ ਨੇ, ਪਰ ਇਸਦੀ ਜਿਹੜੀ ਸ਼ਰਤ ਇਹ ਹੈ ਕਿ ਉਹ ਬਤੌਰ ਮਜ਼ਦੂਰ ਹੋਣਾ ਚਾਹੀਦਾ। ਕੋਈ ਵੀ ਜਿਹੜਾ ਮਜ਼ਦੂਰੀ ਕਰਨ ਵਾਲਾ ਵਿਅਕਤੀ ਹੈ, ਚਾਹੇ ਉਹ ਇਸਤਰੀ ਹੈ ਜਾਂ ਮਰਦ ਹੈ, ਕੋਈ ਵੀ ਜਿਹੜਾ ਉਹ ਲੇਬਰ, ਕੋਈ ਵੀ ਬੰਦਾ ਲੇਬਰ ਕਰਦਾ ਤਾਂ ਉਹ ਲਾਲ ਕਾਪੀ ਅਪਲਾਈ ਕਰ ਸਕਦਾ। ਇਸ ਵਿੱਚ ਕੋਈ ਵੀ ਕੈਟਾਗਰੀ ਨੂੰ ਕੋਈ ਵੀ ਸਥਾਨ ਨਹੀਂ ਦਿੱਤਾ ਗਿਆ, ਕਿਸੇ ਵੀ ਕੈਟਾਗਰੀ ਦਾ ਬੰਦਾ ਇਹ ਲਾਲ ਕਾਪੀ ਅਪਲਾਈ ਕਰ ਸਕਦਾ। ਲਾਲ ਕਾਪੀ ਅਪਲਾਈ ਕਰਨ ਲਈ ਜਿਹੜੇ ਜਿੰਨੇ ਵੀ ਆਪਣੇ ਪੰਜਾਬ ਵਿੱਚ ਸੁਵਿਧਾ ਕੇਂਦਰ ਜਾਂ ਸੇਵਾ ਕੇਂਦਰ ਬਣੇ ਹੋਏ ਨੇ, ਕਿਸੇ ਵੀ ਸੇਵਾ ਕੇਂਦਰ ਵਿੱਚ ਤੁਸੀਂ ਲਾਲ ਕਾਪੀ ਅਪਲਾਈ ਕਰ ਸਕਦੇ ਹੋ। ਤੁਸੀਂ ਆਪਣੇ ਫਾਰਮ ਤਿਆਰ ਕਰਵਾ ਕੇ ਅਤੇ ਆਪਣੇ ਸਾਰੇ ਅਸਲੀ ਦਸਤਾਵੇਜ਼ ਲਿਆ ਕੇ ਕਿਸੇ ਵੀ ਸੇਵਾ ਕੇਂਦਰ ਵਿੱਚ ਲਾਲ ਕਾਪੀ ਅਪਲਾਈ ਕਰ ਸਕਦੇ ਹੋ, ਅਤੇ ਜਿੰਨੀ ਸਰਕਾਰੀ ਫੀਸ ਹੈ ਉਸ ਦੇ ਨਾਲ ਤੁਸੀਂ ਆਪਣੀ ਲਾਲ ਕਾਪੀ ਬਣਵਾ ਸਕਦੇ ਹੋ। ਇਸ ਲਈ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਕਈ ਬਾਹਰ ਬਹੁਤ ਸਾਰੀਆਂ ਦੁਕਾਨਾਂ ਨੇ ਜਾਂ CSC ਸੈਂਟਰ ਨੇ, ਉਹ ਵੀ ਬਹੁਤ ਕੁਛ ਕਹਿ ਰਹੇ ਨੇ ਵੀ ਅਸੀਂ ਵੀ ਬਣਵਾ ਸਕਦੇ ਹਾਂ ਜਾਂ ਨਹੀਂ, ਪਰ ਜਿਹੜਾ ਸਰਕਾਰ ਵੱਲੋਂ ਪਰਮਿਸ਼ਨ ਹੈ ਉਹ ਸਿਰਫ ਸੇਵਾ ਕੇਂਦਰਾਂ ਨੂੰ ਦਿੱਤੀ ਗਈ ਹੈ। ਇਸ ਲਈ ਮੇਰੇ ਸਾਰੇ ਹੀ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀ ਲਾਲ ਕਾਪੀ ਜਾਂ ਲੇਬਰ ਕਾਰਡ ਦੀ ਸਰਕਾਰ ਵੱਲੋਂ ਸਹੂਲਤ ਦਿੱਤੀ ਗਈ ਹੈ, ਤੁਸੀਂ ਸਾਰੇ ਵੱਧ ਤੋਂ ਵੱਧ ਇਸ ਸਹੂਲਤ ਨੂੰ ਪ੍ਰਾਪਤ ਕਰੋ ਅਤੇ ਹੋਰ ਵੀ ਲੋਕਾਂ ਤੱਕ ਇਹ ਜਿਹੜੀ ਸਰਕਾਰ ਦੀ ਸਹੂਲਤ ਹੈ ਇਸ ਨੂੰ ਪਹੁੰਚਾਓ, ਤਾਂ ਕਿ ਜਿਹੜੇ ਸਾਰੇ ਹੀ ਆਪਣੇ ਨਾਗਰਿਕ ਨੇ ਉਹ ਇਸ ਸਹੂਲਤ ਤੋਂ ਲਾਭ ਲੈ ਸਕਣ। ਸੋ ਲਾਸਟ ਵਿੱਚ ਮੈਂ ਬਸ ਇਹੀ ਕਹਿਣਾ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੀ ਇਹ ਜਾਣਕਾਰੀ ਹੈ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਦੋਸਤੋ, ਵੀਰ ਨੇ ਲਾਲ ਕਾਪੀ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ, ਅਤੇ ਸਾਰੇ ਮੇਰੇ ਦੋਸਤਾਂ ਨੂੰ ਬੇਨਤੀ ਆ ਕਿ ਤੁਸੀਂ ਲਾਲ ਕਾਪੀ ਬਣਾਉਣ ਤੋਂ ਵਾਂਝੇ ਨਹੀਂ ਰਹਿਣਾ। ਜੇਕਰ ਕੋਈ ਤੁਹਾਡਾ ਦੋਸਤ ਮਿੱਤਰ, ਕੋਈ ਰਿਸ਼ਤੇਦਾਰ, ਕੋਈ ਭੈਣ ਭਾਈ ਲਾਲ ਕਾਪੀ ਅਪਲਾਈ ਕਰਨ ਕੇ ਨਹੀਂ ਰਹਿੰਦਾ, ਤਾਂ ਜਲਦੀ ਹੀ ਸੇਵਾ ਕੇਂਦਰ ਵਿੱਚ ਪਹੁੰਚੋ, ਉਹਨਾਂ ਤੋਂ ਸਾਰੇ ਇੱਕ ਫਾਰਮ ਲਓ, ਜੋ ਡਾਕੂਮੈਂਟ ਲੱਗਦੇ ਨੇ ਇੱਕ ਵਾਰੀ ਉਹਨਾਂ ਤੋਂ ਪਤਾ ਕਰੋ ਵੀ ਸਰ ਕੀ ਡਾਕੂਮੈਂਟ ਲੱਗ ਰਹੇ ਨੇ। ਇਹਦੇ ਨਾਲ ਅਸੀਂ ਲਾਲ ਕਾਪੀ ਰਿਨਿਊ ਕਿਵੇਂ ਹੁੰਦੀ ਆ ਉਹ ਵੀਡੀਓ ਵੀ ਅਸੀਂ ਜਲਦੀ ਲੈ ਕੇ ਆਵਾਂਗੇ। ਰਿਨਿਊ ਤੋਂ ਬਾਅਦ ਕੀ ਉਹਦੇ ਵਿੱਚ ਸਕੀਮਾਂ ਐਡ ਹੋ ਰਹੀਆਂ ਨੇ, ਉਹਦੇ ਨਾਲ ਹੋਰ ਅਸੀਂ ਕਿਵੇਂ ਸਕੀਮਾਂ ਦਾ ਫਾਇਦਾ ਲੈ ਸਕਦੇ ਹਾਂ, ਉਹ ਵੀ ਅਸੀਂ ਵੀਡੀਓ ਜਲਦੀ ਲੈ ਕੇ ਆਵਾਂਗੇ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਬਾਈ ਜੀ, ਤੁਹਾਡਾ ਵੀ ਅਸੀਂ ਬਹੁਤ ਬਹੁਤ ਥੈਂਕਸ ਕਰਦੇ ਹਾਂ, ਤੁਸੀਂ ਆਪਣਾ ਟਾਈਮ ਦਿੱਤਾ।